13 ਸਾਲ ਦੇ ਜਵਾਕ ਨੂੰ ਟਰੱਕ ਨੇ ਮਾਰੀ ਟੱਕਰ। ਨਾਬਾਲਗ ਸਕੂਟੀ ਸਵਾਰ ਦੀ ਮੌਕੇ ਤੇ ਹੀ ਹੋਈ ਮੌਤ। ਤਾਂ ਦਰਦਨਾਕ ਹਾਦਸਾ ਹੋਇਆ ਜਿੱਥੇ 13 ਸਾਲ ਦੇ ਸਕੂਟੀ ਸਵਾਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਹੈ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਦਕਿ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਸੜਕ ਤੇ ਲੰਮਾ ਜਾਮ ਵੀ ਲੱਗ ਜਾਂਦਾ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਇੱਕ 13 ਸਾਲ ਦਾ ਜਵਾਕ ਸੀ ਜਿਹੜਾ ਕਿ ਸਕੂਟੀ ਚਲਾ ਰਿਹਾ ਸੀ, ਤਾਂ ਉਸਦੇ ਅੱਗੇ ਇੱਕ ਟਰੱਕ ਜਾ ਰਿਹਾ ਹੁੰਦਾ ਹੈ। ਤਾਂ ਅਚਾਨਕ ਟਰੱਕ ਚਾਲਕ ਨੇ ਬ੍ਰੇਕ ਲਗਾਈ, ਜਿਸ ਤੋਂ ਬਾਅਦ ਸਕੂਟੀ ਟਰੱਕ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਇਸ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਤੁਰੰਤ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ, ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੀਤੀ ਜਾਂਦੀ ਹੈ ਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵੀ ਭਿਜਵਾ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਲਗਾਤਾਰ ਟ੍ਰੈਫਿਕ ਪੁਲਿਸ ਦੇ ਵੱਲੋਂ ਬੱਚਿਆਂ ਨੂੰ ਵਹੀਕਲ ਨਾ ਦੇਣ ਦੀ ਗੱਲ ਕਹੀ ਜਾ ਰਹੀ ਹੈ, ਅਤੇ ਜੋ ਚਲਾ ਰਹੇ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ, ਫਿਰ ਵੀ ਬੱਚਿਆਂ ਨੂੰ ਵਹੀਕਲ ਦੇ ਕੇ ਮੌਤ ਦੇ ਮੂੰਹ ਦੇ ਵਿੱਚ ਧਕੇਲਿਆ ਜਾ ਰਿਹਾ। ਤੁਸੀਂ ਵੀ ਇਸ ਤੇ ਆਪਣੀ ਰਾਏ ਦੇ ਸਕਦੇ ਹੋ ਕਿ ਕੀ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਵਹੀਕਲ ਦੇਣਾ ਸਹੀ ਹੈ ਜਾਂ ਗਲਤ। ਜੇਕਰ ਉਹਨਾਂ ਦੇ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ? ਤਾਂ ਲਗਾਤਾਰ ਪੁਲਿਸ ਦੇ ਵੱਲੋਂ ਇਹ ਗੱਲਾਂ ਲੋਕਾਂ ਨੂੰ ਸਮਝਾਈਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਤੇ। ਜਿੱਥੇ ਵੀ ਸਕੂਲੀ ਬੱਚੇ ਜਾਂ 18 ਸਾਲ ਤੋਂ ਘੱਟ ਬੱਚੇ ਜੋ ਕਿ ਵਹੀਕਲ ਚਲਾ ਰਹੇ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹੈ, ਤਾਂ ਉਹਨਾਂ ਨੂੰ ਇਹ ਗੱਲਾਂ ਵੀ ਸਮਝਾਈਆਂ ਜਾ ਰਹੀਆਂ ਨੇ। ਫਿਰ ਵੀ ਵੱਡੇ ਹਾਦਸੇ ਹੁੰਦੇ ਜਾ ਰਹੇ ਨੇ ਜਿੱਥੇ ਇਹ ਸਕੂਲੀ ਬੱਚਿਆਂ ਨੂੰ ਵਹੀਕਲ ਦਿੱਤੇ ਜਾ ਰਹੇ ਨੇ, ਜਿਸ ਕਰਕੇ ਵੱਡੇ ਹਾਦਸੇ ਵਾਪਰ ਰਹੇ ਨੇ। ਇੱਥੇ ਇੱਕ ਬੱਚਾ ਹੋਇਆ, ਕਰੀਬ ਉਹਦੀ ਉਮਰ ਹੈਗੀ 12-13 ਸਾਲ, ਅਭੀ ਨਾਂ ਦਾ ਬੱਚਾ, ਉਹਦਾ ਐਕਸੀਡੈਂਟ ਹੋਇਆ। ਅਸੀਂ ਇਨਕੁਆਇਰੀ ਕਰ ਰਹੇ ਹਾਂ, ਜੋ ਵੀ ਅੱਗੇ ਕਾਨੂੰਨੀ ਕਾਰਵਾਈ ਬਣਦੀ। ਸਰ, ਹਾਦਸਾ ਹੋਇਆ ਕਿਹੜੀ ਗੱਡੀ ਦੇ ਨਾਲ ਆ ਜੀ? ਇਹ ਟਰੱਕ ਖੜਾ ਜੀ ਇੱਥੇ, ਇੱਕ ਟਰੱਕ ਦੇ ਨਾਲ ਦਾ ਐਕਸੀਡੈਂਟ ਹੋਇਆ, ਅਸੀਂ ਤਾਂ ਪੂਰਾ ਮਾਮਲੇ ਨੂੰ ਇਨਕੁਆਇਰੀ ਕਰ ਰਹੇ ਹਾਂ। ਸਰ, ਟਰੱਕ ਚਾਲਕ ਫੜ ਲਿਆ ਕਿ ਭੱਜ ਗਿਆ ਮੌਕੇ ਤੋਂ? ਚਾਲਕ ਮੌਕੇ ਤੋਂ ਦੌੜ ਗਿਆ ਜੀ, ਪਰ ਉਹਨੂੰ ਅਸੀਂ ਜਲਦ ਤੋਂ ਜਲਦ ਫੜਨਾ ਫੜਿਆ ਜਾ। 13 ਸਾਲ ਦੇ ਜਵਾਕ ਨੂੰ ਟਰੱਕ ਨੇ ਮਾਰੀ ਟੱਕਰ। ਨਾਬਾਲਗ ਸਕੂਟੀ ਸਵਾਰ ਦੀ ਮੌਕੇ ਤੇ ਹੀ ਹੋਈ ਮੌਤ। ਤਾਂ ਦਰਦਨਾਕ ਹਾਦਸਾ ਹੋਇਆ ਜਿੱਥੇ 13 ਸਾਲ ਦੇ ਸਕੂਟੀ ਸਵਾਰ ਨੂੰ ਇੱਕ ਟਰੱਕ ਨੇ ਟੱਕਰ ਮਾਰੀ ਹੈ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਦਕਿ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਸੜਕ ਤੇ ਲੰਮਾ ਜਾਮ ਵੀ ਲੱਗ ਜਾਂਦਾ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਇੱਕ 13 ਸਾਲ ਦਾ ਜਵਾਕ ਸੀ ਜਿਹੜਾ ਕਿ ਸਕੂਟੀ ਚਲਾ ਰਿਹਾ ਸੀ, ਤਾਂ ਉਸਦੇ ਅੱਗੇ ਇੱਕ ਟਰੱਕ ਜਾ ਰਿਹਾ ਹੁੰਦਾ ਹੈ। ਤਾਂ ਅਚਾਨਕ ਟਰੱਕ ਚਾਲਕ ਨੇ ਬ੍ਰੇਕ ਲਗਾਈ, ਜਿਸ ਤੋਂ ਬਾਅਦ ਸਕੂਟੀ ਟਰੱਕ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਇਸ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਤੁਰੰਤ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ, ਤਾਂ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੀਤੀ ਜਾਂਦੀ ਹੈ ਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵੀ ਭਿਜਵਾ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਲਗਾਤਾਰ ਟ੍ਰੈਫਿਕ ਪੁਲਿਸ ਦੇ ਵੱਲੋਂ ਬੱਚਿਆਂ ਨੂੰ ਵਹੀਕਲ ਨਾ ਦੇਣ ਦੀ ਗੱਲ ਕਹੀ ਜਾ ਰਹੀ ਹੈ, ਅਤੇ ਜੋ ਚਲਾ ਰਹੇ ਨੇ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਨੇ, ਫਿਰ ਵੀ ਬੱਚਿਆਂ ਨੂੰ ਵਹੀਕਲ ਦੇ ਕੇ ਮੌਤ ਦੇ ਮੂੰਹ ਦੇ ਵਿੱਚ ਧਕੇਲਿਆ ਜਾ ਰਿਹਾ ਹੈ। ਤੁਸੀਂ ਵੀ ਇਸ ਤੇ ਆਪਣੀ ਰਾਏ ਦੇ ਸਕਦੇ ਹੋ ਕਿ ਕੀ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਵਹੀਕਲ ਦੇਣਾ ਸਹੀ ਹੈ ਜਾਂ ਗਲਤ। ਜੇਕਰ ਉਹਨਾਂ ਦੇ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ? ਤਾਂ ਲਗਾਤਾਰ ਪੁਲਿਸ ਦੇ ਵੱਲੋਂ ਇਹ ਗੱਲਾਂ ਲੋਕਾਂ ਨੂੰ ਸਮਝਾਈਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਤੇ। ਜਿੱਥੇ ਵੀ ਸਕੂਲੀ ਬੱਚੇ ਜਾਂ 18 ਸਾਲ ਤੋਂ ਘੱਟ ਬੱਚੇ ਜੋ ਕਿ ਵਹੀਕਲ ਚਲਾ ਰਹੇ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹੈ, ਤਾਂ ਉਹਨਾਂ ਨੂੰ ਇਹ ਗੱਲਾਂ ਵੀ ਸਮਝਾਈਆਂ ਜਾ ਰਹੀਆਂ ਨੇ। ਫਿਰ ਵੀ ਵੱਡੇ ਹਾਦਸੇ ਹੁੰਦੇ ਜਾ ਰਹੇ ਨੇ ਜਿੱਥੇ ਇਹ ਸਕੂਲੀ ਬੱਚਿਆਂ ਨੂੰ ਵਹੀਕਲ ਦਿੱਤੇ ਜਾ ਰਹੇ ਨੇ, ਜਿਸ ਕਰਕੇ ਵੱਡੇ ਹਾਦਸੇ ਵਾਪਰ ਰਹੇ ਨੇ। ਇੱਥੇ ਇੱਕ ਬੱਚਾ ਹੋਇਆ, ਕਰੀਬ ਉਹਦੀ ਉਮਰ ਹੈਗੀ 12-13 ਸਾਲ, ਅਭੀ ਨਾਂ ਦਾ ਬੱਚਾ, ਉਹਦਾ ਐਕਸੀਡੈਂਟ ਹੋਇਆ। ਅਸੀਂ ਇਨਕੁਆਇਰੀ ਕਰ ਰਹੇ ਹਾਂ, ਜੋ ਵੀ ਅੱਗੇ ਕਾਨੂੰਨੀ ਕਾਰਵਾਈ ਬਣਦੀ। ਸਰ, ਹਾਦਸਾ ਹੋਇਆ ਕਿਹੜੀ ਗੱਡੀ ਦੇ ਨਾਲ ਆ ਜੀ? ਇਹ ਟਰੱਕ ਖੜਾ ਜੀ ਇੱਥੇ, ਇੱਕ ਟਰੱਕ ਦੇ ਨਾਲ ਦਾ ਐਕਸੀਡੈਂਟ ਹੋਇਆ, ਅਸੀਂ ਤਾਂ ਪੂਰਾ ਮਾਮਲੇ ਇਨਕੁਆਇਰੀ ਕਰ ਰਹੇ ਹਾਂ। ਸਰ, ਟਰੱਕ ਚਾਲਕ ਫੜ ਲਿਆ ਕਿ ਭੱਜ ਗਿਆ ਮੌਕੇ ਤੋਂ? ਚਾਲਕ ਮੌਕੇ ਤੋਂ ਦੌੜ ਗਿਆ ਜੀ,
ਪਰ ਉਹਨੂੰ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਫੜਨਾ ਫੜਿਆ ਜਾਏ।